ਟਾਈਮਸ ਆਫ ਕੈਨੇਡਾ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਵਤਾਰ ਸਿੰਘ ਵਿਰਦੀ ਜੀ ਸਾਡੇ ਕੋਲ ਪਹੁੰਚੇ ਨੇ ਸਟੂਡੀਓ 'ਚ। ਅਵਤਾਰ ਜੀ ਤੁਹਾਡਾ ਬਹੁਤ ਸਵਾਗਤ। ਧੰਨਵਾਦ ਜੀ ਅਤੇ ਟਾਈਮਸ ਆਫ ਕੈਨੇਡਾ ਪਲੇਟਫਾਰਮ ਤੋਂ ਸਾਰੇ ਹੀ ਦੇਖਣ ਵਾਲੀ ਆਡੀਅੰਸ, ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਅਵਤਾਰ ਸਿੰਘ ਵਿਰਦੀ ਦਾ ਨਾਂ ਜਦੋਂ ਵੀ ਕਿਸੇ ਦੇ ਜ਼ਿਹਨ ਦੇ ਵਿੱਚ ਆਉਂਦਾ, ਉਹ ਐਜ਼ ਏ ਟੀਚਰ ਆਉਂਦਾ। ਇੰਗਲਿਸ਼ ਤੁਸੀਂ ਪੜ੍ਹਾਉਂਦੇ ਹੋ, ਲੋਕਾਂ ਨੂੰ ਸਿਟੀਜ਼ਨਸ਼ਿਪ ਦੇ ਟੈਸਟ ਪਾਸ ਕਰਨ ਦੀ ਤੁਸੀਂ ਤਾਲੀਮ ਦਿੰਦੇ ਹੋ, ਸਰੀ ਦੇ ਵਿੱਚ ਬੜੇ ਪੀਰ ਦੇ ਰਹਿ ਰਹੇ ਹੋ। ਵਿਰਦੀ ਸਾਹਿਬ, ਆਪਣੇ ਬਾਰੇ ਸਾਨੂੰ ਦੱਸੋ, ਤੁਸੀਂ ਕਿੱਥੋਂ ਆਏ ਹੋ, ਕਦੋਂ ਆਏ ਕੈਨੇਡਾ, ਔਰ ਤੁਹਾਡਾ ਇੱਥੇ ਕੀ ਕੁਛ ਤੁਸੀਂ ਕਰਦੇ ਹੋ? ਸ਼ਰਮਾ ਜੀ, ਮੈਂ ਪੰਜਾਬ ਕਪੂਰਥਲਾ ਸ਼ਹਿਰ ਦਾ ਬੋਰਨ ਅਤੇ ਮੈਂ ਉੱਥੋਂ ਆਪਣੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੀ। ਅਤੇ ਮੈਨੂੰ ਦਿੱਲੀ ਦੇ ਵਿੱਚ ਜੋਬ ਮਿਲੀ, ਮੈਂ ਰਿਸਰਚ ਐਂਡ ਡਿਵੈਲਪਮੈਂਟ ਡਿਪਾਰਟਮੈਂਟ 'ਚ ਗਿਆ। ਅਸੀਂ ਦੋ ਇੰਜੀਨੀਅਰਸ ਨੇ ਕਲਰ ਟੀ ਵੀ ਡਿਜ਼ਾਇਨ ਕੀਤਾ। ਫਿਰ ਮੈਂ ਅੱਗੇ ਐਮ ਬੀ ਏ ਕੀਤੀ ਕਰਸਪੋਂਡੈਂਸ, ਫਿਰ ਮੈਂ ਇੰਗਲਿਸ਼ ਦੀ ਰਿਸਰਚ ਕਰਨੀ ਸ਼ੁਰੂ ਕੀਤੀ, ਇੰਗਲਿਸ਼ ਦੇ ਥੀਸਿਸ ਲਿਖਿਆ, ਉਸ 'ਤੇ ਬੁੱਕ ਲਿਖੀ। ਮੈਂ ਫਿਰ ਵਾਪਸ ਪੰਜਾਬ ਆ ਗਿਆ ਆਪਣੇ ਪੇਰੈਂਟਸ ਤੋਂ ਕਿ ਮੈਂ ਇਕੱਲਾ ਹੀ ਇਕੱਲਾ ਅਤੇ ਮੇਰੇ ਘਰ ਦੇ ਕਹਿੰਦੇ ਮੈਰਿਜ ਕਰਨੀ ਹੈ, ਮੈਂ ਕਿਹਾ ਮਾਂ ਬਾਪ ਦੀ ਸੇਵਾ ਨਾਲ ਕੀਤੀ ਜਿਹੜੇ ਕੀ ਫਾਇਦਾ। ਜੀ ਜੀ ਜੀ। ਅਤੇ ਮਾਂ ਬਾਪ ਨੇ ਜਿੱਥੇ ਕਿਹਾ ਮੈਰਿਜ ਕੀਤੀ, ਮੈਂ ਬੜਾ ਸੋਹਣਾ ਟਾਈਮ ਉੱਥੇ ਬਿਤਾਇਆ। ਬੱਚੇ ਵੱਡੇ ਹੋਏ ਥੋੜ੍ਹੇ ਜਿਹੇ 10 ਸਾਲ ਦੇ, ਮੈਨੂੰ ਲੱਗਿਆ ਬੱਚਿਆਂ ਨੂੰ ਹੁਣ ਡਿਵੈਲਪ ਕੰਟਰੀਜ਼ ਦੇ ਵਿੱਚ ਇੱਥੇ ਲੈ ਕੇ ਆਈਏ। ਤੋ 2004 'ਚ ਮੈਂ ਇੱਥੇ ਪੀ ਆਰ ਬੇਸ 'ਤੇ ਇੱਧਰ ਆ ਗਿਆ, ਆਪਣੀਆਂ ਡਿਗਰੀਆਂ ਕੁਆਲੀਫਿਕੇਸ਼ਨ ਦੇ ਬੇਸ 'ਤੇ। ਜੀ ਜੀ ਜੀ। ਅਤੇ ਆ ਕੇ ਇਹ ਡ੍ਰੀਮ ਨਾਲ ਆਇਆ ਕਿ ਮੈਨੂੰ, ਮੈਂ ਹੋਰ ਕੰਟਰੀਜ਼ ਮੈਨੂੰ ਜਾਣ ਦਾ ਮੌਕਾ ਮਿਲਿਆ, ਇੰਗਲੈਂਡ, ਯੂ ਐਸ ਏ, ਅਤੇ ਉੱਥੇ ਜਿਹੜੇ ਵੀ ਭੈਣ ਕੋਲ ਜਾਵਾਂ ਸਾਰੇ ਕਹਿਣ ਭਾਅ ਜੀ ਸਾਨੂੰ ਅੰਗਰੇਜ਼ੀ ਸਿਖਾਓ, ਤੁਸੀਂ ਇੱਥੇ ਤੋਂ ਤੁਹਾਨੂੰ ਕੰਟਰੀ ਨੇ ਪੱਕੇ ਕਰ ਦੇਣਾ। ਮੈਂ ਕਿਹਾ ਉੱਥੇ ਜ਼ਿਆਦਾ ਲੋੜ ਆ, ਤੁਸੀਂ ਇੰਗਲਿਸ਼ ਕੰਟਰੀ 'ਚ ਆਏ ਆ। ਉਹ ਕਹਿੰਦੇ ਇੱਕ ਅੰਗਰੇਜ਼ੀ ਜਿਹੜੀ ਦਰਖਤਾਂ ਥੋੜ੍ਹੀ ਲੱਗਦੀ ਭਾਅ ਜੀ, ਸਾਨੂੰ ਵੀ ਇੱਥੇ ਸਮਝ ਆਉਂਦੀ ਸਰ। ਮੈਂ ਫਿਰ ਮਨ ਬਣਾਇਆ ਜਾ ਕੇ ਕਿ ਚਲੋ ਮੈਂ ਇੱਥੇ ਮੂਵ ਹੁੰਦਾ। ਮੈਂ ਆਇਆ ਆਪਣੇ ਇੱਥੇ, ਮੈਨੂੰ ਪਹਿਲਾਂ ਮੇਰੇ ਬਿਜ਼ਨਸ ਕਹਿਣਗੇ ਜਿੱਥੇ ਕੰਟਰੀ 'ਚ ਗੌਰਮੈਂਟ ਫ੍ਰੀ ਅੰਗਰੇਜ਼ੀ ਸਿਖਾ ਰਹੀ ਹੈ ਅਤੇ ਤੁਸੀਂ ਇੱਥੇ ਕਹਿੰਦੇ ਮੈਂ ਪੈਸੇ ਲੈ ਕੇ ਕਾਮਯਾਬ ਹੋਣਾ, ਤੁਸੀਂ ਕਮਰੇ ਆ, ਮੈਂ ਵਾਪਿਸ ਚਲੀ ਉੱਥੇ। ਕੌਣ ਕਰੇਗਾ ਤੁਹਾਡੇ ਕੋਲ ਪੈਸੇ ਦੇਗਾ ਅਤੇ ਨਾਲੇ? ਮੈਂ ਕਿਹਾ ਨਹੀਂ, ਮੇਰੇ ਅੰਦਰ ਉਹ ਚੀਜ਼ ਹੈ, ਮੈਂ ਰਿਸਰਚ ਕੀਤੀ ਹੈ ਜਿਹੜੀ ਆਕਸਫੋਰਡ ਯੂਨੀਵਰਸਿਟੀ ਤੱਕ ਰਿਸਰਚ ਨਹੀਂ ਹੈਗੀ। ਮੈਂ ਜ਼ੀਰੋ ਤੋਂ ਹੀਰੋ ਬਣਾ ਸਕਦਾ। ਮੈਂ ਫਿਰ ਵਲੰਟੀਅਰ ਕੀਤਾ ਜੀ, ਦੇਖਿਆ ਕਿ ਲੋਕ ਮੇਰੀ ਟੀਚਿੰਗ ਨੂੰ ਜ਼ਿਆਦਾ ਲਾਈਕ ਕਰਦੇ ਔਰ ਮੈਂ ਇੱਥੇ ਅਸੀਂ ਪਾਇਲੀ ਅੰਗਰੇਜ਼ੀ ਨੂੰ ਪ੍ਰਾਈਵੇਟਲੀ ਸ਼ੁਰੂ ਕਰਵਾ ਜੀ। ਪਰ ਆਹ ਜਿਹੜਾ ਮੋੜ ਆਇਆ 2017-2004 'ਚ ਆਏ ਹਾਂ, ਤੋ ਇਹ 13 ਸਾਲਾਂ ਬਾਅਦ ਜੋ ਮੈਨੂੰ ਜਨਵਰੀ 2017 ਨੂੰ ਕੈਂਸਰ ਦੀ ਸ਼ਿਕਾਇਤ ਹੋਈ, ਆਈ ਵਾਸ ਆਸਟ੍ਰਕ, ਆਈ ਵਾਸ ਸ਼ੌਕ। ਅੱਛਾ ਯਾਰ, ਮੈਂ ਕਦੀ ਬੋਡੀ ਨੂੰ ਅਬਿਊਜ਼ ਨਹੀਂ ਕੀਤਾ, ਹਮੇਸ਼ਾ ਕੰਸਟ੍ਰਕਟਿਵ ਕ੍ਰਿਟਿਸਿਜ਼ਮ ਕੰਮ ਚਲਾਇਆ, ਮੈਨੂੰ ਹੀ ਕਿਉਂ? ਮੈਂ ਤਾਂ ਸ਼ਾਇਦ ਹਰ ਬੰਦੇ ਨੂੰ, ਕਿਸੇ ਨੂੰ ਹੋਏਗਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਏ, ਉਸ ਦੇਰ ਤਾਂ ਸ਼ੌਕ ਮੰਨ ਕੇ ਗਿਆ। ਫਿਰ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਤੇਰਾ ਜੇ ਸੁੱਖ ਤੂੰ ਇੰਨਾ ਦਿੱਤਾ ਤੇ ਤੇਰਾ ਦੁੱਖ ਵੀ ਕਬੂਲ ਹੈ। ਰਿਸਰਵ, ਤੁਸੀਂ 2 ਵਾਰ ਕੈਂਸਰ ਦੇ ਸਰਵਾਈਵਰ ਹੋ, ਤੁਹਾਨੂੰ 2 ਵਾਰ ਕੈਂਸਰ ਦੀ ਅਟੈਕ ਹੋ ਜਾਂ ਸ਼ਿਕਾਇਤ ਹੋਈ, ਤੁਸੀਂ 2 ਵਾਰ ਇਲਾਜ ਕਰਾਇਆ ਔਰ ਸਰਵਾਈਵ ਕਰ ਗਏ ਹੋ। ਇੱਕ ਵਾਰ 2017 'ਚ, ਦੂਜੀ ਵਾਰ ਤੁਸੀਂ ਕਦੋਂ ਪੀੜਤ ਹੋਏ ਕੈਂਸਰ? 2017 ਵਾਲਾ ਜੀ, ਮੇਰੇ ਪੇਟ ਦੀਆਂ 2 ਸਰਜਰੀਆਂ 3 ਸਰਜਰੀਆਂ ਰਾਤ ਹੋਈਆਂ ਅਤੇ ਮੈਂ ਮਈ ਦੇ ਵਿੱਚ 2018 'ਚ ਮੈਨੂੰ ਕੈਂਸਰ ਵੀ ਡਿਕਲੇਅਰ ਕਰਤਾ ਕਿ ਮੈਨੂੰ ਆਪਾਂ 3 ਸਾਲ ਚੈੱਕ ਕਰਨ ਦੀ ਲੋੜ ਨਹੀਂ ਹੈ ਜੀ, ਅਤੇ ਤੁਹਾਡੇ 5 ਈਅਰਸ ਦੇ ਵਿੱਚ ਸਰਵਾਈਵ ਕਰਨ ਦੇ ਚਾਂਸ 60% ਹੈ। ਆਈ ਵਾਸ ਵੈਰੀ ਹੈਪੀ, ਮੈਂ ਕਿਹਾ ਚਲ ਠੀਕ ਹੈ। ਜਦਕਿ ਪ੍ਰੋਟੋਕੋਲ ਇੰਡੀਆ ਦੇ ਵਿੱਚ ਕੀ ਹੈ ਕਿ ਹਰ 6 ਮਹੀਨੇ ਬਾਅਦ ਚੈੱਕ ਕਰ ਲੈਣਾ ਚਾਹੀਦਾ ਬੰਦੇ ਨੂੰ, 5 ਸਾਲ ਤੱਕ, ਠੀਕ ਹੈ, ਕਿ ਕਿਤੇ ਕੈਂਸਰ ਵਾਪਸ ਨਾ ਆ ਜਾਏ ਜੀ। 2.5 ਸਾਲ ਬਾਅਦ ਕੈਂਸਰ ਫੇਰ ਮੇਰਾ ਵਾਪਸ ਆ ਗਿਆ ਜੀ। ਮੇਰੇ ਇੱਥੇ ਗ੍ਰੋਇਨ ਦੇ ਵਿੱਚ ਇੱਕ ਟਿਊਮਰ ਡਿਵੈਲਪ ਹੋ ਗਿਆ ਸਕਾਰ ਟਿਸ਼ੂ ਤੇ, ਮੈਨੂੰ ਉਹੀ ਜਿਹੜੀਆਂ ਬਟਰਫਲਾਈ ਪੇਨਸ ਉਹ ਸ਼ੁਰੂ ਹੋ ਗਈਆਂ ਜੀ। ਮੈਨੂੰ ਲੱਗਿਆ, ਮੈਂ ਕਿਹਾ ਮੈਂ ਉਹੀ ਚੀਜ਼ ਵਾਪਸ ਆ ਰਹੀ ਹੈ, ਤਾਂ ਮੇਰੇ ਕੋਲ ਇੰਨਾ ਵੀ ਡੋਲ ਗਿਆ। ਮੈਂ ਘਰਦਿਆਂ ਨੂੰ ਕਹਾਂ ਜੇ ਮੈਨੂੰ ਦੁਬਾਰਾ ਕਿਤੇ ਕੈਂਸਰ ਆ ਗਿਆ ਤੇ ਮੈਂ ਸ਼ਾਇਦ ਕੁਛ ਕਰ ਲਵਾਂ ਜੀ। ਡਿਕਲੇਅਰ ਹੋ ਗਿਆ, ਪਤਾ ਲੱਗ ਗਿਆ। ਹੁਣ ਦੇਖੋ, ਕਹਿ ਦਿੰਦੇ ਬੰਦਾ ਕਹਿੰਦਾ ਮਰ ਜਾਈਏ, ਪਰ ਮਰਨਾ ਬੜਾ ਮੁਸ਼ਕਿਲ ਹੈ। ਫਿਰ ਪਰਮਾਤਮਾ ਕੀ ਅਰਦਾਸ ਕੀਤੀ, ਪਰਮਾਤਮਾ ਇਹ ਚੱਲਣ ਦੀ ਹਿੰਮਤ ਦੇ। ਮੇਰੇ ਮਿਸਿਸ ਪਾਠ ਬਹੁਤ ਕਰਦੇ ਆ ਜੀ, ਸੈਂਚੀ ਸਾਹਿਬ ਚੋਂ ਪਾਠ ਕਰਕੇ ਉਹਨਾਂ ਨੇ ਕਈ ਵਾਰ ਮਤਲਬ ਭੋਗ ਪਾਇਆ ਅਤੇ ਫਿਰ ਸ਼ੁਰੂ ਕਰ ਦਿੰਦੇ ਪਹਿਲਾਂ ਪਾਠ। ਮੈਂ ਖੁਦ ਕੈਂਸਰ ਦੇ ਦੌਰਾਨ 2 ਵਾਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਸੀ ਅਤੇ ਮੈਂ ਕਿਹਾ, ਕਿਉਂਕਿ ਇੱਕ ਸਿੱਖ ਨੂੰ ਇਹ ਆ ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਹੈ ਅਤੇ ਮੈਂ 2 ਵਾਰੀ ਪੜ੍ਹਿਆ। ਮੈਂ ਕਿਹਾ ਪਰਮਾਤਮਾ, ਜੇ ਤੂੰ ਮੈਨੂੰ ਘਰ ਬਿਠਾ ਹੀ ਦਿੱਤਾ ਅਤੇ ਮੈਂ ਤੇਰਾ ਨਾਮ ਜਪਣਾ, ਤੇਰੇ ਇਸੇ ਬਹਾਨੇ ਸੀ ਜੀ। ਪਰ ਮੇਰਾ ਹੁਣ ਜਿਹੜਾ ਕੈਂਸਰ ਪਤਾ ਲੱਗਿਆ ਜੀ, ਸੀਟੀ ਸਕੈਨ ਨਾਲ ਮੇਰੇ ਲਿਵਰ ਤੱਕ ਪਹੁੰਚ ਗਿਆ। ਲਿਵਰ ਤੱਕ ਪਹੁੰਚ ਜਾਣ ਦਾ ਮਤਲਬ ਹੈ ਕਿ ਕੈਂਸਰ ਬੰਦੇ ਦਾ ਜੇ ਉੱਥੇ ਸਪਰੈਡ ਹੋ ਗਿਆ ਤੇ ਬੰਦਾ ਸ਼ੋਰ ਟੂ ਡਾਈ ਗਿਆ, ਪਰ ਪਰਮਾਤਮਾ ਦੀ ਕਿਰਪਾ ਉਹਨੇ ਬਚਾਉਣਾ ਸੀ। ਉਹ ਮੇਰਾ ਫੋਕਸ ਗਿਆ, ਪਰ ਮੇਰਾ 25% ਜਿਹੜਾ ਲਿਵਰ ਸੀ ਉਹ ਰੋਟਨ ਹੋ ਗਿਆ। ਮੇ 10 ਨੂੰ ਮੇਰਾ ਉਹ ਲਿਵਰ ਉਹਨਾਂ ਕੱਟ ਕੇ ਰਿਮੂਵ ਕਰਤਾ। ਪਰ ਲਿਵਰ ਦੀ ਖਾਸੀਅਤ ਹੈ ਕਿ ਫਿਰ ਗਰੋ ਹੋ ਜਾਂਦਾ। ਮੇਰੀਆਂ ਕਿੰਨੀਆਂ ਕੀਮੋਜ਼ ਹੋਈਆਂ, 48-48 ਘੰਟੇ ਮੈਨੂੰ 12 ਕੀਮੋ ਮੇਰੀਆਂ ਚੱਲੀਆਂ ਜੀ। ਅਤੇ ਮੇਰੀਆਂ ਰੇਡੀਏਸ਼ਨ ਹੋਈਆਂ, ਇੱਥੇ ਫੋਕਸ ਰੇਡੀਏਸ਼ਨ ਹੁੰਦੀ ਹੈ, ਬੜੀ ਐਡਵਾਂਸ ਟੈਕਨੋਲੋਜੀ ਹੈ, ਪਰ ਉਹਨੇ ਵੀ ਨਾ ਸਕਿਨ ਇੱਦਾਂ ਗਾ ਲਿੱਤੀ ਜਿੱਦਾਂ ਕਿਤੇ ਬੰਦਾ ਕਹਿੰਦੇ ਨਾ ਵੀ ਕੋਲ ਹੋਇਆ ਹੁੰਦਾ। ਮੈਂ ਇੱਦਾਂ ਦੇ ਹਾਲਾਤ ਚੋਂ ਲੰਘਿਆ ਜੀ। ਅਤੇ ਜਦੋਂ ਮੈਂ ਉੱਥੇ ਆਪਣਾ ਬਲੱਡ ਟੈਸਟ ਕਰਵਾਉਣ ਜਾਂਦਾ ਸੀ ਤੇ ਮੈਂ ਉੱਥੇ ਦੇਖਿਆ ਸੀ ਕਿ ਪ੍ਰੈਗਨੈਂਟ ਲੇਡੀਜ਼ ਕੈਂਸਰ ਤੋਂ ਪੀੜਤ, ਨਵੇਂ ਜੰਮੇ ਬੱਚਿਆਂ
ਬੱਚੇ ਵੀ ਮਤਲਬ ਉਹਨਾਂ ਦੀ ਰਿਲੇਸ਼ਨ ਹੋਣੀ ਕਿੰਨੂੰ ਮੇਰੇ ਅੰਦਰ ਉਹਨਾਂ ਮੇਰਾ ਦਿਲ ਮਤਲਬ ਉਹਨਾਂ ਨਿਰੋਲੀ ਹੋ ਗਿਆ ਮੈਂ ਕਿਹਾ ਪਰਮਾਤਮਾ ਇਹ ਇੱਡੀ ਭੈੜੀ ਬਿਮਾਰੀ ਏਦਾਂ ਬੱਚਿਆਂ ਨੂੰ ਕੀ ਬੀਤੀ ਵਰਗੀ ਪੇੜ ਸੇ ਤੇ ਮੈਂ ਫਿਰ ਟੈਲੀਫੋਕਸ ਬਾਰੇ ਪੜ੍ਹਿਆ ਤੇ ਮੈਂ ਕਿਹਾ ਯਾਰ ਦੇਖੋ ਉਹ ਉੱਥੋਂ ਵਿਚਾਰ ਨਹੀਂ ਸਕੇ ਟੈਲੀਫੋਕਸ ਨੂੰ ਉਹ 80s ਦੇ ਵਿੱਚ ਨਹੀਂ ਸੀ ਇਹ ਟ੍ਰੀਟਮੈਂਟ ਅਵੇਲੇਬਲ ਟੈਲੀਫੋਕਸ ਦੇ ਕਾਰਨ ਹੀ ਅੱਜ ਇੰਨੀ ਟ੍ਰੀਟਮੈਂਟ ਜਿਹੜੀ ਐਡਵਾਂਸ ਹੋਰ ਹੋਈ ਆ ਡਾਕਟਰਾਂ ਨੇ ਰਿਸਰਚ ਕੀਤੀ ਆ ਉਹਨੇ ਬੜਾ ਫੰਡ ਇਕੱਠਾ ਕਰਕੇ ਦਿੱਤਾ ਮੈਂ ਕਿਹਾ ਮੈਂ ਥੋੜ੍ਹਾ ਜਿਹਾ ਵੀ ਇਤਿਹਾਸ ਦਾ ਉਹ ਪਾਰਟ ਬਣ ਸਕਾਂ ਤੇ ਇਹ ਵਾਕ ਕਰ ਸਕਾਂ ਵੀ ਮੈਂ ਕੋਈ ਅਥਲੀਟ ਨਹੀਂ ਹਾਂ ਤੇ ਮੈਂ ਥੋੜ੍ਹੀ ਬਹੁਤੀ ਵਾਕ ਕਰਦਾ ਪਰ ਮੈਂ ਸਾਰੇ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਉਹਨਾਂ ਭੈਣਾਂ ਭਰਾਵਾਂ ਨੂੰ ਮਿਲਾਂ ਜੇ ਕਿਸੇ ਨੂੰ ਪ੍ਰੋਬਲਮ ਹੋ ਮੈਨੂੰ ਮਿਲੋ ਜੇ ਅੱਜ ਮੈਂ ਦੋ ਵਾਰੀ ਮੈਂ ਸਰਵਾਈਵ ਕਰ ਸਕਦਾ 50+ ਹੋ ਗਏ ਵੀ ਤੇ ਡਰਨ ਦੀ ਲੋੜ ਨਹੀਂ ਫੀਚਰ ਬਹੁਤ ਵਧੀਆ ਨੇ ਮੇਰੇ ਸਾਹਿਬ ਤੁਸੀਂ ਫਾਈਟਰ ਹੋ ਦੋ ਵਾਰ ਕੈਂਸਰ ਹੋਣ ਦੇ ਬਾਵਜੂਦ ਤੁਸੀਂ ਇੰਨੀ ਤੁਹਾਡੀ ਸਪਿਰਿਟ ਹਾਈ ਹੈ ਸਾਡੇ ਸਾਰਿਆਂ ਵਾਸਤੇ ਇੱਕ ਮੋਟੀਵੇਸ਼ਨ ਹੋ ਜਿੰਨੇ ਅਸੀਂ ਲੋਕ ਹੈ ਕਈ ਵਾਰ ਛੋਟਾ ਜਿਹਾ ਹੱਥ ਤੇ ਕੱਟ ਲੱਗ ਜਾਂਦਾ ਛੋਟਾ ਮੋਟਾ ਬੁਖਾਰ ਚੜ ਜਾਂਦਾ ਅਸੀਂ ਹਾਈ ਤੋਬਾ ਕਰ ਦਿੰਦੇ ਹਾਂ ਰੌਲਾ ਪਾ ਦਿੰਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਪਰ ਤੁਸੀਂ ਦੋ ਵਾਰ ਕੈਂਸਰ ਨਾਲ ਲੜ ਕੇ ਕੈਂਸਰ ਦੇ ਕੋਲੋਂ ਜਿੱਤ ਕੇ ਤੇ ਹੁਣ ਪੂਰੇ ਕੈਨੇਡਾ ਵਾਈਡ ਤੁਸੀਂ ਵਾਕ ਤੇ ਜਾ ਰਹੇ ਹੋ ਟੈਰੀ ਫੌਕਸ ਦੀ ਉਸ ਲੈਗੇਸੀ ਨੂੰ ਫਾਲੋ ਕਰ ਰਹੇ ਹੋ ਔਰ ਤੁਸੀਂ ਕੈਂਸਰ ਵਾਸਤੇ ਫੰਡ ਰੇਜ਼ਿੰਗ ਕਰ ਰਹੇ ਹੋ ਤੇ ਇਹ ਮੈਨੂੰ ਦੱਸੋ ਕਦੋਂ ਤੁਹਾਡੀ ਵਾਕ ਸ਼ੁਰੂ ਹੋਏਗੀ ਕਿਹੜੀ ਕਿਹੜੀ ਜਗ੍ਹਾ ਤੁਸੀਂ ਪਹੁੰਚੋਗੇ ਤੇ ਸਰੀ ਜਾਣਾ ਵੈਨਕੂਵਰ ਤੁਸੀਂ ਕਦੋਂ ਵਾਪਸ ਆਓਗੇ ਤੇ ਤੁਹਾਨੂੰ ਸਾਡੇ ਸੁਣਨ ਵਾਲੇ ਦੇਖਣ ਵਾਲੇ ਕਿਵੇਂ ਸਪੋਰਟ ਕਰ ਸਕਦੇ ਦੇਖੋ ਜੀ 13 ਤਰੀਕ ਨੂੰ ਰਾਤ ਨੂੰ 12:20 ਤੇ ਮੇਰੀ ਇੱਥੋਂ ਫਲਾਈਟ ਹੈ ਸਿੱਧੀ ਸੈਂਟ ਜੋਨ ਸਿੱਧਾ ਟੈਲੀਫੋਕਸ ਨੇ ਤੋਂ ਸ਼ੁਰੂ ਕੀਤੀ ਸੀ ਉਹਨੇ ਆਪਣੀ ਉਹ ਇੱਕ ਲੱਤ ਉਹਦੀ ਕੱਟੀ ਹੋਈ ਸੀ ਦੂਸਰੀ ਲੱਤ ਜਿਹੜੀ ਲੈਫਟ ਉਹਨੇ ਉਹ ਸਮੁੰਦਰ ਚ ਭਿਉਈ ਉੱਥੋਂ ਤੁਰਿਆ ਔਰ ਬੋਤਲਾਂ ਪਾਣੀ ਦੀਆਂ ਭਰੀਆਂ ਵੀ ਮੈਂ ਜਿਹੜਾ ਐਟਲਾਂਟਿਕ ਓਸ਼ਨ ਦਾ ਪਾਣੀ ਹੈ ਉਹ ਮੈਂ ਇੱਧਰ ਪ੍ਰਸ਼ਾਦ ਮਹਾਸਾਗਰ ਪੈਸੇ ਓਸ਼ਨ ਚ ਪਾਉਣਾ ਹੈ ਮੈਂ ਵੀ ਉੱਥੋਂ ਇੱਕ ਬੋਤਲ ਪਾਣੀ ਦੀ ਭਰਾਂਗਾ ਮੈਂ ਸ਼ਹਿਰਾਂ ਦੇ ਵਿੱਚੋਂ ਵਾਕ ਕਰਦਾ ਹੋਇਆ ਉੱਥੋਂ ਅੱਗੇ ਜੋ ਹੈ ਮੈਂ ਹੈਲੀਫੈਕਸ ਮੇਰੀ ਫਲਾਈਟ ਹੈ ਹੈਲੀਫੈਕਸ ਤੋਂ ਫਿਰ 4 ਰੋਟੀ ਟਾਊਨ ਅਸੀਂ ਡਰਾਈਵ ਕਰਕੇ ਜਾਣਾ ਮੇਰੇ ਨਾਲ ਇੱਕ ਕੰਪੇਨੀਅਨ ਵਲੰਟੀਅਰ ਜਾ ਰਹੇ ਆ ਜੀ ਉੱਥੋਂ ਫਿਰ ਫਰੈਡਿਕਟਨ ਜੋ ਜੋ ਮਤਲਬ ਜਿਹੜੇ ਮੇਨ ਸਿਟੀ ਹੈ ਫਰੈਡਿਕਟਨ ਤੋਂ ਕਿਊਬਿਕ ਸਿਟੀ ਫਿਰ ਮੌਂਟਰੀਅਲ ਫਿਰ ਆਟਵਾ ਫਿਰ ਟੋਰੋਂਟੋ ਟੋਰੋਂਟੋ ਦਾ ਫਿਰ ਫਲਾਈਟ ਸ਼ੁਰੂ ਹੋਣੀ ਆ ਉਹ ਪਿਛਲਾ ਸਾਡਾ ਹੁਣ ਆ ਰਿਹਾ ਜਿਹੜਾ ਬਾਈ ਰੋਡ ਅਸੀਂ ਆ ਰਹੇ ਹਾਂ ਚੇਨੇ ਦਾ ਜੀ ਫਿਰ ਕੈਲਗਰੀ ਐਡਮੰਟਨ ਤੇ ਐਡਮੰਟਨ ਤੋਂ ਮੈਂ ਇੱਥੇ 4 ਤਰੀਕ ਨੂੰ ਪਹੁੰਚ ਰਿਹਾ ਹਾਂ 4 ਜੁਲਾਈ ਤੋਂ ਉਹ ਤੋਂ 4 ਤੋਂ 5 ਤਰੀਕ ਨੂੰ ਫਿਰ ਮੈਂ ਐਵਸਪੋਰਟ ਤੋਂ ਸ਼ੁਰੂ ਕਰਾਂਗਾ ਵਾਕ ਫਿਰ ਦੁਆਰਾ ਤੁਸੀਂ ਵਾਪਸ ਇਵੈਂਟ ਸਰੀ ਆਉਂਗੇ ਤਿੰਨੋਂ ਗੁਰਦੁਆਰਿਆਂ ਦੇ ਵਿੱਚ ਇੱਥੇ ਜਾ ਕੇ ਮੈਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿਹੜੀ ਸੋਸਾਇਟੀ ਹੈ ਉਹ ਸਪਾਂਸਰ ਕਰ ਰਹੀ ਹੈ ਔਰ ਲੋਕ ਉਹਨਾਂ ਨੂੰ ਆਪਣੇ ਚੈੱਕ ਦੇ ਰਹੇ ਆ ਤੇ ਉਹ ਮੇਰੀ ਜਿਹੜੀ ਹੈ ਟ੍ਰੈਵਲ ਦੇ ਐਕਸਪੈਂਸਸ ਮੈਨੂੰ ਸਪਾਂਸਰ ਕਰ ਰਹੇ ਹੈਗੇ ਜੀ ਵੈਰੀ ਨਾਈਸ ਤੇ ਬਾਕੀ ਜਿਹੜਾ ਗੋ ਫੰਡ ਵੀ ਪੇਜ ਹੈ ਮੇਰਾ ਇੱਕ ਉਹਦੇ ਤੇ ਉਹ ਸਿੱਧਾ ਹੀ ਜਿਹੜਾ ਕੈਂਸਰ ਸੋਸਾਇਟੀ ਨੂੰ ਜਾ ਰਿਹਾ ਰਿਸਰਚ ਵਾਸਤੇ ਤਾਂ ਕਿ ਇਦਾਂ ਦੀਆਂ ਦਵਾਈਆਂ ਆ ਜਾਣ ਜੇ ਕੱਲ ਨੂੰ ਕਿਤੇ ਕਿਸੇ ਵੀ ਭੈਣ ਭਰਾ ਦੇ ਘਰ ਜਾਂ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਕਿ ਦਵਾਈਆਂ ਇੰਨੀ ਐਡਵਾਂਸ ਹੋਣ ਜਿੱਦਾਂ ਦੇਖੋ 84 ਚ ਆਪਾਂ ਸਮਝਦੇ ਹਾਂ ਸੀ ਏਡਸ ਆਈ ਸੀ ਜਿਹਨੂੰ ਹੋਈ ਸਮਝੋ ਗਿਆ ਸਾਰਾ ਇਮਿਊਨ ਸਿਸਟਮ ਉੜ ਗਿਆ ਜੀ ਲੇਕਿਨ ਦੇਖੋ ਕੌਣ ਸੁਣਦੇ ਨਹੀਂ ਇਦਾਂ ਦੀ ਪ੍ਰੋਬਲਮ ਉਹ ਸ਼ਰਮਾ ਜੀ ਦਵਾਈਆਂ ਉਹ ਇੰਨੀਆਂ ਇਜ਼ਾਰ ਕਰਦੀਆਂ ਕਿ ਉਹ ਦਵਾਈਆਂ ਦੇ ਨਾਲ ਬੰਦਾ ਬਿਲਕੁਲ ਠੀਕ ਹੋ ਜਾਂਦਾ ਦਵਾਈ ਖਾਈ ਜਾਂਦਾ ਸਮਾਰ ਇਸੇ ਤਰ੍ਹਾਂ ਹੈ ਜੀ ਜਿਹੜੀ ਰਿਸਰਚ ਹੈ ਉਹਦੇ ਵਿੱਚ ਤਾਂ ਹੀ ਰਿਸਰਚ ਹੋਏਗੀ ਜੇ ਇਨਵੈਸਟਮੈਂਟ ਦੇ ਪੈਸੇ ਹੋਣ ਵੀ ਲੋਕ ਕੰਮ ਕਰ ਸਕਣਗੇ ਮੈਂ ਖੁਦ ਰਿਸਰਚ ਵਿੱਚ ਕੰਮ ਕੀਤਾ ਮੈਂ ਤਾਂ ਹੀ ਜਾਣਦਾ ਚੀਜ਼ਾਂ ਜੀ ਬਿਲਕੁਲ ਜੀ ਸੋ ਵਿਦਿ ਸਾਹਿਬ ਤੁਸੀਂ ਬੇਸਿਕਲੀ ਜੂਨ ਦੀ 18 ਤਰੀਕ ਨੂੰ ਇੱਥੇ ਜਾ ਰਹੇ ਹੋ ਜੂਨ ਦੀ 13 ਤਰੀਕ ਰਾਤ ਨੂੰ ਮੈਂ ਜਾ ਰਿਹਾ ਠੀਕ ਹੈ ਤੇ ਜੁਲਾਈ ਦੀ 9 ਤਰੀਕ ਤੱਕ ਸਾਡਾ ਪਲਾਨ ਹੈ ਕਿ ਅਸੀਂ ਸਟੈਲੀ ਪਾਰਕ ਦੇ ਵਿੱਚ ਇਕੱਠੇ ਹੋਈਏ ਠੀਕ ਹੈ ਤੇ ਬਾਕੀ ਪਲਾਨ ਜਿਹੜਾ ਹੈ ਮੈਂ ਸਿਟੀ ਨਾਲ ਇੱਥੇ ਗੱਲ ਕੀਤੀ ਹੈ ਅੰਦੀਪ ਨਾਗਰਾ ਜੀ ਨੇ ਉਹ ਕਹਿੰਦੇ ਵਿਦਿ ਸਾਹਿਬ ਜੋ ਤੁਸੀਂ ਇੱਥੇ ਪਹੁੰਚਣਾ ਸਾਨੂੰ 3-4 ਦਿਨ ਪਹਿਲਾਂ ਦੱਸ ਦਿਓ ਫਿਰ ਅਸੀਂ ਸਾਰਾ ਅਰੇਂਜਮੈਂਟ ਕਰ ਲਵਾਂਗੇ ਤੁਸੀਂ ਜੇ ਤੁਹਾਨੂੰ ਫਾਲੋ ਕਰਨ ਵਾਲੇ ਲੋਕ ਫਾਲੋ ਕਰਨਾ ਚਾਹੁੰਦੇ ਨੇ ਕੋਈ ਫੇਸਬੁੱਕ ਪੇਜ ਜਾਂ ਕੋਈ ਵੈਬਸਾਈਟ ਡਿਵੈਲਪ ਕਰ ਲਈਏ ਜਿੱਥੇ ਤੁਹਾਡਾ ਹਰ ਰੋਜ਼ ਦਾ ਕਾਰਵਾਈ ਕੀ ਹੋ ਰਿਹਾ ਕਿਵੇਂ ਹੋ ਰਿਹਾ ਫੰਡ ਕਿੱਥੇ ਦੇਣਾ ਉਹ ਕਿਹੜਾ ਹੈ ਜੀ ਪੇਜ ਗੋ ਫੰਡ ਮੀ ਪੇਜ ਮੇਰੇ ਫੇਸਬੁੱਕ ਦੇ ਉੱਤੇ ਤੇ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਹੈ ਜੀ ਜੀ ਬਾਕੀ ਟਾਈਮਸ ਆਫ ਕੈਨੇਡਾ ਦੇ ਜ਼ਰੀਏ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਤੁਹਾਡੇ ਪੇਜ ਨੂੰ ਫਾਲੋ ਕਰਦੇ ਜਾਣਗੇ ਉੱਤੇ ਲਿੰਕ ਆਈ ਜਾਏਗਾ ਕਿ ਅਸੀਂ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਜੋ ਸਪਾਂਸਰ ਕਰ ਰਿਹਾ ਹੈ ਉਹਨਾਂ ਨੂੰ ਉਹ ਚੈੱਕ ਦੇ ਦੇਣ ਉੱਤੇ ਤੇ ਉਹ ਮੈਨੂੰ ਅੱਗੇ ਸਪਾਂਸਰ ਕਰ ਰਹੇ ਆ ਤੇ ਜਿਹੜਾ ਐਕਸਟਰਾ ਪੈਸਾ ਜੇ ਬਚੇਗਾ ਉਹਦੇ ਵਿੱਚ ਉਹ ਸਾਰਾ ਸਾਰਾ ਜਿਹੜਾ ਕੈਂਸਰ ਫਾਊਂਡੇਸ਼ਨ ਨੂੰ ਜਾਏਗਾ ਸਰ ਵਾਸਤੇ ਠੀਕ ਹੈ ਜੀ ਬਹੁਤ ਧੰਨਵਾਦ ਬਿਰਦੀ ਸਾਹਿਬ ਦਾ ਨੰਬਰ ਸਭ ਨੂੰ ਮੇਰੇ ਕੋਲ ਯਾਦ ਹੈ 604-725-3340 ਇਸ ਫੋਨ ਨੰਬਰ ਤੇ ਕਾਲ ਕਰਕੇ ਆਪਾਂ ਉਹਦੇ ਜਾਣਕਾਰੀ ਲੈ ਸਕਦੇ ਹਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਟਾਈਮਸ ਆਫ ਕੈਨੇਡਾ ਦੇ ਮਾਧਿਅਮ ਰਾਹੀਂ ਕਿ ਸਪੋਰਟ ਕਰੋ ਜੋ ਵੀ ਹੈਲਪ ਕਰ ਸਕਦੇ ਹੋ ਫਾਈਨੈਂਸ਼ੀਅਲ ਹੈਲਪ ਕਰ ਸਕਦੇ ਹੋ ਫਾਈਨੈਂਸ਼ੀਅਲ ਹੈਲਪ ਕਰੋ ਆਪਣੇ ਪੇਜਸ ਦੇ ਉੱਤੇ ਇਹਨਾਂ ਦੇ ਪੇਜ ਨੂੰ ਸ਼ੇਅਰ ਕਰੋ ਤਾਂ ਕਿ ਲੋਕ ਉਹ ਫੰਡ ਵੀ ਦੇ ਵਿੱਚ ਪੈਸੇ ਡੋਨੇਟ ਕਰਨ ਜਿਹੜੇ ਕਿ ਕੈਂਸਰ ਦੀ ਰਿਸਰਚ ਵਾਸਤੇ ਜਾਣੇ ਨੇ ਜਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ ਵੀ ਡੋਨੇਸ਼ਨ ਕੀਤੀ ਜਾ ਸਕਦੀ ਹੈ ਜਿਹੜੀ ਕਿ ਇਹਨਾਂ ਦੇ ਟਰੈਵਲ ਦੇ ਬਾਕੀ ਐਕਸਪੈਂਸ ਕਵਰ ਕਰੇਗਾ ਸੋ ਇਸੇ ਤਰ੍ਹਾਂ ਅਸੀਂ ਐਵਰੀ ਵੀਕ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਵਿਦਿ ਸਾਹਿਬ ਜਿੱਥੇ ਵੀ ਹੋਣਗੇ ਦੇਸ਼ ਦੇ ਜਿਹੜੇ ਵੀ ਕੋਨੇ 'ਚ ਹੋਣਗੇ ਉੱਥੋਂ ਇਹਨਾਂ ਨਾਲ ਅਸੀਂ ਇੰਟਰਵਿਊ ਕਰਕੇ ਤੁਹਾਨੂੰ ਹਰ ਵੀਕ ਅਪਡੇਟ ਦੇਵਾਂਗੇ ਕਿ ਅਵਤਾਰ ਸਿੰਘ ਵਿਰਦੀ ਕਿੱਥੇ
ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਜ਼ਿਕਰ ਕਰਨਾ ਚਾਹਾਂਗਾ ਜੇ ਮਿਨਹਾਸ ਸਾਹਿਬ ਦਾ, ਜਿਹੜੇ ਇਸ ਦੇ ਵਿੱਚ ਮੈਨੂੰ ਬਹੁਤ ਸਪੋਰਟ ਕਰ ਰਹੇ ਆ, ਸਾਰਾ ਕੋਆਰਡੀਨੇਟ ਕਰ ਰਹੇ ਆ, ਔਰ ਇਹਨਾਂ ਉਹਨਾਂ ਦੇ ਅੰਦਰ ਡੈਡੀਕੇਸ਼ਨ ਹੈ, ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਵਿਚਰਨ ਦੀ ਗੱਲ ਰੱਖੇ, ਤੇ ਸਾਰੇ ਭੈਣ ਭਰਾ ਜੋ ਵੀ ਇਸ ਦੇ ਵਿੱਚ ਤਿਲਕੁਲ ਕਰ ਸਕਦੇ ਆ, ਅਗਰ ਇੱਕ ਇੱਕ ਡਾਲਰ ਵੀ ਕਰਦਾ ਤੇ $500,000 ਇਕੱਠਾ ਹੋ ਜਾਣਾ ਜੀ, ਆਪਾਂ ਕਮਿਊਨਿਟੀ ਵਿੱਚ ਡਿਫਰੈਂਟ ਜਿਹਾ ਕੰਮ ਕਰੀਏ। ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਮੇਰੇ ਨਾਲ ਜੁੜ ਜਾ ਰਹੇ ਆ ਜਾਂ ਅਰਦਾਸ ਵੀ ਕਰ ਰਹੇ ਆ, ਆਓ ਇਸ ਅਲਾਮਤ ਨੂੰ ਆਪਾਂ ਪੂਰੀ ਤਰ੍ਹਾਂ ਆਪਾਂ ਸਮਾਜ ਤੋਂ ਮਿਟਾ ਦਈਏ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।